ਜਿਹੜੀ ਆਪਣੇ ਭਾਈ ਅਮਰੀਕ ਸਿੰਘ ਤੇ ਸੰਤ ਜਰਨੈਲ ਸਿੰਘ ਖਾਲਸਾ ਹੋਣਾ ਦੇ ਐਕਸ਼ਨ ਤੋਂ ਬਾਅਦ ਜਿਹੜੀ ਖੜੋਤ ਆਈ ਸੀ ਨਾ ਸਕੂਲਾਂ ਕਾਲਜਾਂ ਵਿੱਚ ਜਿਹੜੀ ਨੌਜਵਾਨੀ ਜਿਸ ਤਰ੍ਹਾਂ ਆਪਾਂ ਮਤਲਬ 2-2.5 ਲੱਖ ਦੇ ਹੇੜ ਗੇੜ ਦੱਸਦੇ ਆ ਵੀ ਨੌਜਵਾਨ ਜਿਹੜਾ ਇਹਨਾਂ ਪਿੰਡਾਂ ਵਿੱਚੋਂ ਇਹਨਾਂ ਇਲਾਕਿਆਂ ਵਿੱਚੋਂ ਜਿਹੜਾ ਫੜ ਫੜ ਕੇ ਜਿਹੜਾ ਵੀ ਇਸ ਤਰ੍ਹਾਂ ਦਾ ਬੱਚਾ ਜਿਹੜਾ ਜਿਹਨੇ ਪੱਗ ਬੱਧੀ ਹੁੰਦੀ ਸੀ ਜਿਹਦੇ ਦਾੜੀ ਹੁੰਦੀ ਸੀ ਉਹਨੂੰ ਉਸੇ ਵੇਲੇ ਹੀ ਉਹ ਚੁੱਕ ਲੈਂਦੇ ਸੀ ਤੇ ਚੁੱਕ ਕੇ ਖੜ ਕੇ ਥਾਣਿਆਂ ਵਿੱਚ ਉਹ ਆਪਣੀ ਸ਼ਾਮ ਨੂੰ ਗਿਣਤੀ ਪੂਰੀ ਕਰ ਲੈਂਦੇ ਸੀ। ਪੂਰੀ ਪੀੜ੍ਹੀ ਖਤਮ ਕਰ ਦਿੱਤੀ ਇਸ ਇਲਾਕੇ ਦੀ। ਅੱਜ ਤੱਕ ਕੋਈ ਵੀ ਸਰਵੇ, ਕੋਈ ਸਰਕਾਰ, ਕੋਈ ਪਾਰਟੀ ਸਰਵੇ ਨਹੀਂ ਕਰ ਸਕੀ। ਜਿਹੜੇ ਘਰਾਂ ਦੇ ਘਰ ਖਾਲੀ ਹੋ ਗਏ ਆ, ਕੋਈ ਬੰਦਾ ਇੰਨਾ ਅੱਜ ਕੱਲ੍ਹ ਜਿਹੜਾ ਮੀਡੀਆ ਵਾ, ਜਿਸ ਤਰ੍ਹਾਂ ਹੁਣ ਤੁਸੀਂ ਨਵੇਂ ਮੀਡੀਏ ਜੇ ਤੁਸੀਂ ਸ਼ੁਰੂ ਕੀਤਾ ਕੰਮ ਕਰਨਾ, ਪਰ ਜਿਹੜੇ ਪੁਰਾਣੇ ਵੱਡੇ ਮੀਡੀਆ ਸੀ ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਹ ਇਹ ਰਿਪੋਰਟ ਨੂੰ ਚੁੱਕਦੇ ਔਰ ਜਿਹੜੇ ਘਰਾਂ ਦੇ ਘਰ ਖਾਲੀ ਹੋਏ ਆ ਉਹਨਾਂ ਨੂੰ ਲੈ ਕੇ ਅੱਗੇ ਆਉਂਦੇ, ਪਰ ਕਿਸੇ ਨੇ ਨਹੀਂ ਲਿਆਂਦਾ। ਦੂਜੇ ਨੰਬਰ 'ਤੇ ਸਾਡੀ ਮਾਂ ਜਮਾਤ ਅਕਾਲੀ ਦਲ ਜਿਹੜੀ ਸੀ ਉਹਦਾ ਫਰਜ਼ ਬਣਦਾ ਸੀ, ਉਹਨਾਂ ਨੇ ਸਿਰਫ ਆਪਣੇ ਤੱਕ ਹੀ ਸੀਮਤ ਰੱਖਿਆ। ਜਿਹੜੇ 50-50 ਸਾਲ ਦੇ ਬਜ਼ੁਰਗ ਆ ਉਹ ਵੀ ਆਪਣੇ ਆਪ ਨੂੰ ਫੈਡਰੇਸ਼ਨ ਦੇ ਪ੍ਰਧਾਨ ਅਤੇ ਫੈਡਰੇਸ਼ਨ ਦੇ ਆਗੂ ਕਹੀ ਜਾਂਦੇ ਆ, ਜਦਕਿ ਜਿਹੜੀ ਫੈਡਰੇਸ਼ਨ ਸੀ ਇਹ ਨੌਜਵਾਨਾਂ ਦੀ ਜਮਾਤ ਸੀ ਔਰ ਇਹ ਪਿੰਡਾਂ ਵਿੱਚ, ਸਕੂਲਾਂ ਵਿੱਚ, ਕਾਲਜਾਂ ਵਿੱਚ ਜਾ ਕੇ ਆਪਣੇ ਮੈਂਬਰ ਜਿਹੜੇ ਪੈਦਾ ਕਰਕੇ ਅੰਮ੍ਰਿਤਧਾਰੀ ਕਰਾਉਂਦੇ ਸੀ ਅਤੇ ਸਕੂ ਉਹਨਾਂ ਨੂੰ ਕੌਮ ਦੇ ਨਾਲ ਜੋੜਦੇ ਸੀ। ਅਕਾਲੀ ਦਲ ਦੀ ਸਭ ਤੋਂ ਵੱਡੀ ਜਿਹੜੀ ਕਮਜ਼ੋਰੀ ਉਹ ਰਹੀ ਆ ਜਿਹੜੀ ਹੁਣ ਅੰਮ੍ਰਿਤਪਾਲ ਸਿੰਘ ਨੇ ਸ਼ੁਰੂਆਤ ਕੀਤੀ ਆ। ਜਦੋਂ ਨੌਜਵਾਨ ਜਿਹੜਾ ਕੌਮ ਦੇ ਨਾਲ ਜੁੜ ਜਾਵੇਗਾ, ਆਪਣੇ ਪੰਥਕ ਸਫਾਂ ਦੇ ਵਿੱਚ ਜੁੜ ਜਾਵੇਗਾ, ਅਤੇ ਉਦੋਂ ਉਹ ਜਿਹੜਾ ਪੁੱਠੇ ਬੰਨੇ ਨਹੀਂ ਜਾਏਗਾ, ਨਸ਼ਿਆਂ ਵਾਲੇ ਬੰਨੇ ਨਹੀਂ ਜਾਏਗਾ। ਜਿਸ ਤਰ੍ਹਾਂ ਕਿ ਨਸ਼ਿਆਂ ਦੇ ਵਿੱਚ ਹੁਣ ਜੇ ਨਸ਼ਿਆਂ ਦੀ ਰਿਪੋਰਟ ਆਪਾਂ ਬਣਾਈਏ, ਪਿੰਡ ਪਿੰਡ ਜਾ ਕੇ ਵੇਖੀਏ, ਅਤੇ ਇੱਕ ਘਰ ਦੇ ਵਿੱਚੋਂ ਮਤਲਬ ਸਾਰੇ ਸਾਰੇ ਜਿਹੜੇ ਬੰਦੇ ਆ, ਬੱਚੇ ਆ, ਉਹ ਆਪਸ ਵਿੱਚ ਹੀ ਟੀਕੇ ਲਾਈ ਜਾਂਦੇ ਆ ਅਤੇ ਨਸ਼ੇ ਕਰੀ ਜਾਂਦੇ ਆ। ਤੋ ਇਹ ਰੋਕਣਾ, ਇਹਨੂੰ ਠੱਲ ਪਾਉਣਾ ਜਿਹੜਾ ਉਹ ਸੀਗਾ ਕੰਮ ਅਤੇ ਆਪਣੀ ਜਿਹੜੀ ਪੰਥਕ ਜਥੇਬੰਦੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦਾ, ਪਰ ਉਹ ਵੀ ਇਹਦੇ ਵਿੱਚ ਅਸਫਲ ਰਹੇ ਆ। ਹੁਣ ਅੱਜ ਜੇ ਭਾਈ ਸਾਹਿਬ ਨੇ ਇਹ ਬੀੜਾ ਚੁੱਕਿਆ ਅਤੇ ਇਹਨਾਂ ਨੇ ਅਰਦਾਸ ਕਰਕੇ ਆਏ ਆ, ਅਤੇ ਤੁਹਾਨੂੰ ਜਿਹੜੇ ਲੋਕ ਆ ਇਹਨਾਂ ਦੇ ਮਗਰ ਲੱਗਦੇ ਆ, ਉਹ ਇਸੇ ਕਰਕੇ ਲੱਗਦੇ, ਦੁਖੀ ਲੋਕ, ਮਾਪੇ, ਉਹ ਸਾਰੇ ਟੁੱਟ ਕੇ ਮਗਰ ਪੈ ਗਏ ਆ ਵੀ ਸਾਡੇ ਬੱਚੇ ਬਚਾਓ। ਅਤੇ ਇਹ ਜਿਹੜਾ ਇਲਾਕਾ ਵਾ ਇਹ ਐਡਾ ਜੁਝਾਰੂ ਇਲਾਕਾ ਸੀ ਵੀ ਬੜੇ ਸੇਵਾਦਾਰ ਲੋਕ ਸਨ ਜਿਹੜੇ ਪੰਥ ਦਾ ਮੁੱਢ ਜਿਹੜਾ ਇਲਾਕਾ ਸੀ ਇਸ ਇਲਾਕੇ ਤੋਂ, ਪਰ ਇਹ ਇਲਾਕਾ ਸਾਰਾ ਇਹਨਾਂ ਨੇ, ਗਵਰਨਮੈਂਟ ਨੇ ਆਪਣੀਆਂ ਚਾਲਾਂ ਨਾਲ ਜਿਹੜੇ ਜਥੇਦਾਰ ਸੀ ਉਹ ਸ਼ਹਿਰਾਂ ਵਿੱਚ ਜਾ ਕੇ ਲੋਕ ਬਹਿ ਗਏ ਅਤੇ ਪਿੰਡ ਜਿਹੜੇ ਉਹਨਾਂ ਲਾਵਾਰਸ ਛੱਡ ਦਿੱਤੇ, ਜਿਹੜੇ ਉਹ ਇੱਥੇ ਗੁੰਡੇ ਆ ਗਏ ਜਿਹਨਾਂ ਗੁੰਡਿਆਂ ਨੇ ਆ ਕੇ ਨਸ਼ੇ ਵੇਚੇ ਅਤੇ ਪਿੰਡਾਂ ਦੇ ਪਿੰਡ ਖਾਲੀ ਕਰਤੇ ਅਤੇ ਘਰਾਂ ਦੇ ਘਰ ਬਰਬਾਦ ਕਰਤੇ ਜੀ। ਹਾਂਜੀ, ਅਸੀਂ ਚਾਹੁੰਦੇ ਹਾਂ ਕਿ ਜੇ ਭਾਈ ਅਮਰਪਾਲ ਸਿੰਘ ਨੇ ਇਹ ਬੀੜਾ ਚੁੱਕਿਆ ਵਾ ਕਿ ਸਾਡੇ ਪੰਜਾਬ ਨੂੰ ਬਚਾਉਣ ਵਾਸਤੇ, ਪੰਜਾਬੀਅਤ ਨੂੰ ਬਚਾਉਣ ਲਈ, ਖਾਲਸਾ ਪੰਥ ਨੂੰ ਅੱਗੇ ਲਿਜਾਣ ਵਾਸਤੇ, ਅਤੇ ਆ ਜਿਹੜੇ ਲੱਤਾਂ ਖਿੱਚਦੇ ਨਾ ਸਿੱਖ ਹੋ ਕੇ, ਚਾਹੇ ਉਹ ਅਕਾਲੀ ਦਲ 'ਚ ਆ, ਚਾਹੇ ਉਹ ਕਾਂਗਰਸ ਦੇ ਵਿੱਚ ਆ, ਉਹ ਭਾਈ ਸਾਹਿਬ ਦੀਆਂ ਲੱਤਾਂ ਖਿੱਚਦੇ ਆ, ਇਹ ਬਹੁਤ ਮਾੜੀ ਗੱਲ ਆ। ਅਸੀਂ ਉਹਨਾਂ ਅੱਗੇ ਹੱਥ ਜੋੜਦੇ ਹਾਂ, ਬੇਨਤੀ ਕਰਦੇ ਹਾਂ ਕਿ ਤੁਸੀਂ 6 ਮਹੀਨੇ ਵੇਖੋ ਇਹਨਾਂ ਨੂੰ, ਕਮ ਸੇ ਕਮ 2-4 ਮਹੀਨੇ, 6 ਮਹੀਨੇ ਤਾਂ ਦਿਓ ਇਹਨਾਂ ਨੂੰ ਕਿ ਇਹ ਕੀ ਕਰਦੇ ਆ, ਫਿਰ ਜੋ ਮਰਜ਼ੀ ਕਰ ਲਿਓ। ਜੇ ਰਾਜਨੀਤੀ ਦਾ ਤੁਸੀਂ ਮਿਆਰ ਸਮਝਦੇ ਹੋ, ਅੱਜ ਕਿਹੋ ਜਿਹਾ ਹੋ ਗਿਆ? ਰਾਜਨੀਤੀ ਇਹੋ ਜਿਹੀ ਵੀ ਹੋਣੀ ਚਾਹੀਦੀ ਸੀਗੀ ਕਿ ਆਪਾਂ ਰਲ ਮਿਲ ਕੇ ਕੰਮ ਕਰੀਏ, ਪਰ ਆਪਾਂ ਦੇਖਦੇ ਹਾਂ ਰਾਜਨੀਤੀ ਇਹ ਕਿ ਮੈਂ ਹੀ ਸਹੀ ਹਾਂ, ਬਾਕੀ ਸਾਰੇ ਗਲਤ ਆ। ਰਾਜਨੀਤੀ ਸੇਵਾ ਕਰਨੀ, ਪਹਿਲਾਂ ਜਿਹੜੇ ਜਥੇਦਾਰ ਹੁੰਦੇ ਸੀ ਉਹ ਪਿੰਡਾਂ ਵਿੱਚ ਜਾ ਕੇ ਦੇਖਦੇ ਸੀ ਕਿਹੜਾ ਘਰ ਗਰੀਬ ਆ, ਉਹ ਘਰ ਦੇ ਵਿੱਚ ਉਹਦੀ ਮਦਦ ਕਰਦੇ ਸੀ, ਉਹਨੂੰ ਸੇਵਾ ਪਹੁੰਚਾਉਂਦੇ ਸੀ ਗੁਰੂ ਘਰਾਂ ਤੋਂ ਵੀ ਅਤੇ ਹੋਰ ਵੀ ਕੋਈ ਜਿਹੜੇ ਸਾਧਨ ਜੋੜ ਕੇ ਉਹਦੀ ਮਦਦ ਕਰਦੇ ਸੀ। ਅੱਜ ਜਿਹੜੀ ਰਾਜਨੀਤੀ ਆ ਉਹ ਇੰਨੀ ਭੈੜੀ ਹੋ ਗਈ ਆ ਕਿ ਉਹ ਬਿਜ਼ਨਸ ਬਣ ਗਿਆ। ਜਿਹਦੇ ਕੋਲ ਪੈਸਾ ਉਹ ਬੰਦਾ ਗਾੜੀ ਆਉਂਦਾ, ਜਿਹੜਾ ਸੋਚ ਵਾਲਾ ਬੰਦਾ ਉਹ ਤਾਂ ਗਾੜੀ ਆ ਹੀ ਨਹੀਂ ਸਕਦਾ। ਪੈਸੇ ਦੇ ਨਾਲ ਇਹ ਖਰੀਦਦੇ ਆ ਆਪਣੇ ਲੋਕਾਂ ਨੂੰ, ਖਰੀਦ ਕੇ ਅਤੇ ਗਰੀਬ ਜਨਤਾ ਦੀ ਵੋਟ ਜਿਹੜੀ ਆ ਉਹ ਪੈਸੇ ਨਾਲ ਲੈ ਜਾਂਦੇ ਆ। ਉਹ ਬੇਵਾਸਿਆ ਲੋਕ ਉਹ ਕੀ ਕਰਨ, ਉਹਨਾਂ ਕੋਈ ਵਿਚਾਰਿਆਂ ਕੋਲ ਹੋਰ ਜ਼ਰੀਆ ਨਹੀਂ ਹੁੰਦਾ, ਅਤੇ ਵੋਟ ਉਹਨਾਂ ਕੋਲ ਲੈ ਕੇ ਅਤੇ ਅੱਗੇ ਜਾ ਕੇ ਆਪਣੇ ਬਿਜ਼ਨਸ ਚਲਾ ਲੈਂਦੇ ਆ। ਅਤੇ ਰਾਜਨੀਤੀ ਦੇ ਮਹਿਣੇ ਹੀ ਤੁਹਾਡੀ ਗੱਲ ਖੁਣੋ ਇਹਨਾਂ ਨੇ ਬਦਲ ਦਿੱਤੇ ਆ। ਰਾਜਨੀਤੀ ਦਾ ਮਹਿਣਾ ਇਹ ਹੁੰਦਾ ਸੀ ਵੀ ਸੇਵਾ ਕਰਕੇ ਲੋਕਾਂ ਦੀ ਅਤੇ ਰਾਜ ਕਰਨਾ, ਪਰ ਇਹ ਤਾਂ ਹੁਣ ਜਿਹੜਾ ਬਿਜ਼ਨਸ ਕਰ ਰਹੇ ਆ।